ਹਾਂਜੀ ਸਟੂਡੈਂਟਸ ਅੱਜ ਮੈਂ ਜਿਹੜਾ ਟਾਪਿਕ ਕਰਵਾਉਣ ਜਾ ਰਹੀ ਹਾਂ ਉਹ ਹੈ ਰਿਲੇਟਡ ਟੂ ਮੂਵੀ ਸੋ ਇਸ ਦਾ ਇਸ ਤਰ੍ਹਾਂ ਦਾ ਟਾਪਿਕ ਤੁਸੀਂ ਪਹਿਲਾਂ ਵੀ ਕਰ ਚੁੱਕੇ ਹੋ ਬਟ ਉਹ ਹੁੰਦਾ ਡਿਸਕ੍ਰਾਈਬ ਆ ਫੇਵਰਟ ਮੂਵੀ ਬਟ ਜਿਹੜਾ ਅੱਜ ਦਾ ਟਾਪਿਕ ਹੈ ਉਹ ਹੈਗਾ ਜੀ ਡਿਸਕ੍ਰਾਈਬ ਆ ਮੂਵੀ ਥੈਟ ਯੂ ਰੀਸੈਂਟਲੀ ਸੋ ਐਂਡ ਥੈਟ ਡਿਸਪਾਇੰਟਡ ਯੂ ਜਿਸ ਨੂੰ ਦੇਖ ਕੇ ਤੁਹਾਨੂੰ ਖੁਸ਼ੀ ਨਾ ਮਿਲੀ ਹੋਵੇ ਸੋ ਇਸ ਦੇ ਜਿਹੜੇ ਕਿਊਜ਼ ਨੇ ਉਹ ਹੈਗਾ ਵਾਈ ਡਿਡ ਯੂ ਹੇਟ ਇਟ ਤੁਹਾਨੂੰ ਤੁਸੀਂ ਕਿਉਂ ਨਫ਼ਰਤ ਕਰਦੇ ਹੋ ਮਤਲਬ ਕਿ ਜਦੋਂ ਤੁਸੀਂ ਇਹ ਮੂਵੀ ਦੇਖੀ ਤੁਹਾਨੂੰ ਕਿਉਂ ਨਹੀਂ ਪਸੰਦ ਆਈ ਠੀਕ ਹੈ ਸੋ ਵਾਟ ਜਨਰੇ ਵਾਸ ਦਾ ਮ ਸੀ ਥ੍ਰਿਲਰ ਸੀ ਐਕਸ਼ਨ ਸੀ ਰੋਮਾਂਟਿਕ ਸੀ ਵੈਨ ਡਿਡ ਯੂ ਵਾਚ ਇਟ ਤੇ ਤੁਸੀਂ ਇਹ ਮੂਵੀ ਕਦੋਂ ਦੇਖੀ ਸੋ ਸਟਾਰਟ ਕਰਦੇ ਆ ਜੀ ਅੱਜ ਦੀ ਕਲਾਸ ਮੈਂ ਹਰਪਿੰਦਰ ਕੌਰ ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ ਸੋ ਫਰਸਟਲੀ ਵੋਕੈਬ ਹੈ ਜੀ ਐਂਡ ਈਡੀਅਮਸ ਨੇ ਕੁਝ ਸੋ ਫਰਸਟ ਇਜ਼ ਈਡੀਅਮ ਆ ਹੈਵੀ ਹਰਟ ਹੈਵੀ ਹਰਟ ਦਾ ਮਤਲਬ ਹੁੰਦਾ ਫੀਲਿੰਗ ਆਫ ਅਨਹੈਪੀਨੈਸ Violence ਹਿੰਸਾ 3rd is heart sinks heart sinks ਦਾ ਮਤਲਬ ਇਹ ਹੁੰਦਾ ਸੈਡ ਫੀਲਿੰਗ ਬਲੌਕਬਸਟਰ ਹੁੰਦਾ ਵੀ ਬਹੁਤ ਜਿਹੜੀ ਸੁਪਰ ਡੂਪਰ ਹਿੱਟ ਗਈ ਹੋਵੇ ਮੂਵੀ ਰੈਵਨਿਊ ਹੁੰਦਾ ਇਨਕਮ ਕਵਾਇਡ ਹੁੰਦਾ ਕਾਫੀ ਸੋ ਸਟਾਰਟ ਕਰਦੇ ਆ ਜੀ ਇਸ ਦੇ ਇੰਟਰੋਡਕਸ਼ਨ ਇੰਟਰੋਡਕਸ਼ਨ ਡੈਫੀਨਿਟਲੀ ਅਪਾ ਮੂਵੀਸ ਤੇ ਹੀ ਬਣਾਵਾਂਗੇ Well movies are the major source of entertainment movies ki ne ek major source of entertainment ne nowadays films widen the scope of knowledge according to their genre so ki hai, knowledge ki ho reha increase ho reha for instance a historical film can improve the history regarding knowledge however sometimes movies do not contain good content te kai var ki hunda movies de vich kuj good content na hon de karan so oh vadhia nahi ladya here i would like to describe a time When I was disappointed after watching a movie. So, I was no disappointed, hui, satisfaction. The name of the movie is a shooter. It is a Punjabi movie. Javi Randaba is the leading character of this movie. So, movie, the name, da sta, leading actor, it was released on 14 January 2021. Two years ago, I watched this movie along with my family in the nearest cinema of my hometown. So, I nearest cinema with my family. I felt the heavy heart after watching this movie so me no bahut zyada unhappiness hui matlab ke satisfaction nahi hui after watching this movie the genre of this movie was thriller and action if i talk uh, about why i do not uh, like this movie then the reason is that this movie is based on the life of punjabi gangster sukha kalon it shows how he turned into punjabi gangster so kende ede vich ye dikhaya gaya ki oh kida gangster baneya moreover it describes his and friends clash with the ਅਦਰ ਗੈਂਗਸਟਰ ਗਰੁੱਪਸ ਸੋ ਉਹਨਾਂ ਨੇ ਸਾਰੀ ਲੜਾਈ ਝਗੜਾ ਦਿਖਾਇਆ ਗਿਆ ਬਾਇ ਦਾ ਇਨਫਲੂਐਂਸ ਆਫ ਥਿਸ ਫਿਲਮ ਮੈਨੀ ਯੰਗਸਟਰ ਜੁਆਇਨ ਕ੍ਰਿਮੀਨਲ ਗਰੁੱਪਸ ਐਂਡ ਸਟਾਰਟਡ ਡੂਇੰਗ ਵਾਇਲੈਂਸ ਤੇ ਇਸ ਮੂਵੀ ਨੂੰ ਦੇਖ ਕੇ ਬਹੁਤ ਸਾਰੇ ਯੰਗਸਟਰਸ ਦੇ ਉੱਤੇ ਇਨਫਲੂਐਂਸ ਪ੍ਰਭਾਵ ਪਿਆ ਉਹਨਾਂ ਨੇ ਕ੍ਰਿਮੀਨਲ ਗਰੁੱਪਸ ਜੁਆਇਨ ਕੀਤੇ ਤੇ ਇੱਕ ਹਿੰਸਾ ਨੂੰ ਆਪਾਂ ਕਹਿੰਦੇ ਵੀ ਸ਼ੋਅ ਕਰਦੇ ਸੀ ਮਾਈ ਹਾਰਟ ਸਿੰਗਸ ਵੈਨੇਵਰ ਆਈ ਥਿੰਕ ਅਬਾਊਟ ਇਟ ਸੋ ਮੈਨੂੰ ਕਹਿੰਦੇ ਬਹੁਤ ਬੈਡ ਫੀਲਿੰਗ ਆਉਂਦੀ ਹੈ ਸੈਡ ਫੀਲਿੰਗ ਆਉਂਦੀ ਹੈ ਆਲ ਇਨ ਆਲ ਦਿਸ ਇਜ਼ ਦਾ ਮੂਵੀ ਵਿਚ ਆਈ ਸੌ ਐਂਡ ਡਿਸਪਾਇੰਟਡ ਸੋ ਇਹ ਉਹ ਮੂਵੀ ਸੀ ਜਿਸ ਨੂੰ ਦੇਖ ਕੇ ਮੈਨੂੰ ਕੀ ਹੋਈ ਡਿਸਕਰੇਜਮੈਂਟ ਹੋਈ ਡਿਸਕਰੇਜਡ ਵਰਡ ਵੀ ਤੁਸੀਂ ਯੂਜ਼ ਕਰ ਸਕਦੇ ਹੋ ਸੋ ਇਸ ਦੇ ਫੋਲੋ ਅਪਸ ਕੁਐਸਚਨ ਨੇ ਜਿਹੜੇ ਇਹਦਾ ਜਿਹੜਾ ਫਰਸਟ ਕੁਐਸਚਨ ਹੈ ਉਹ ਇਹੀ ਹੈ ਕਿ ਵਟ ਟਾਈਪਸ ਆਫ ਮੂਵੀਜ਼ ਆਰ ਪਪੂਲਰ ਇਨ ਇੰਡੀਆ ਕਿਦਾਂ ਦੀਆਂ ਮੂਵੀਜ਼ ਪਪੂਲਰ ਨੇ देयर आर ਲੋਟ ਆਫ ਮੂਵੀਜ਼ ਆਰ ਪਪੂਲਰ ਇਨ ਇੰਡੀਆ ਸਚ ਐਸ ਕਾਮੇਡੀ ਰੋਮਾਂਟਿਕ ਐਕਸ਼ਨ ਮੂਵੀਜ਼ ਐਂਡ ਮੈਨੀ ਮੋਰ ਆਈ ਊਡ ਸੇ ਥੈਟ ਡਿਊ ਟੂ ਐਡਵਾਂਸਮੈਂਟ ਆਫ ਟੈਕਨੋਲੋਜੀ ਫਿਕਸ਼ਨ ਐਂਡ ਨਾਨ ਫਿਕਸ਼ਨ ਮੂਵੀਜ਼ ਆਰ ਆਲਸੋ ਗੇਨਿੰਗ ਪਪੂਲਰਿਟੀ ਸੋ ਇਹ ਮੂਵੀਜ਼ ਵੀ ਕੀ ਨੇ ਪਪੂਲਰਿਟੀ ਗੇਨ ਕਰ ਰਹੀਆਂ ਨੇ ਸੈਕਿੰਡ ਕੁਐਸਚਨ ਹੈ ਜੀ ਤੁਹਾਨੂੰ ਐਨੀਮੇਸ਼ਨ ਦੇ ਰਿਲੇਟਡ ਆ ਸੋ ਕਹਿੰਦੇ ਵਾਇਰ ਜਾਪਨੀਜ਼ ਐਨੀਮੇਸ਼ਨ ਮੂਵੀਜ਼ ਸੋ ਪਪੂਲਰ ਜਿਹੜੀਆਂ ਜਾਪਨੀਜ਼ ਐਨੀਮੇਸ਼ਨ ਮੂਵੀਜ਼ ਨੇ ਉਹ ਇੰਨੀਆਂ ਜ਼ਿਆਦਾ ਪਪੂਲਰ ਕਿਉਂ ਨੇ ਓਨੈਸਟਲੀ ਸਪੀਕਿੰਗ ਤੁਸੀਂ ਕਹਿ ਸਕਦੇ ਹੋ ਆਮ ਨਾਟ ਕੰਪਲੀਟਲੀ ਫੈਮਿਲੀਅਰ ਵਿਦ ਦਾ ਪਪੂਲੈਰਿਟੀ ਆਫ ਜਾਪਨੀਜ਼ ਐਨੀਮੇਸ਼ਨ ਮੂਵੀਜ਼ ਮੈਂ ਇੰਨਾ ਜਾਣੂ ਨਹੀਂ ਆ ਫੈਮਿਲੀਅਰ ਦਾ ਮਤਲਬ ਹੁੰਦਾ ਵੀ ਤੁਸੀਂ ਜਿਸ ਬਾਰੇ ਜਾਣਦੇ ਹੋ ਬਟ ਕਹਿੰਦੇ ਨਾਟ ਕੰਪਲੀਟਲੀ ਫੈਮਿਲੀਅਰ ਮੈਂ ਇੰਨਾ ਜਾਣੂ ਨਹੀਂ ਆ ਬਟ ਆਈ ਥਿੰਕ ਇਟ ਇਜ਼ ਡਿਊ ਟੂ ਦਾ ਸਟੋਰੀ ਲਾਈਨ ਐਂਡ ਥੀਮ ਆਫ ਦਾ ਮੂਵੀਜ਼ ਬਟ ਮੈਨੂੰ ਲੱਗਦਾ ਵੀ ਸਟੋਰੀ ਲਾਈਨਸ ਜਾਂ ਫਿਰ ਜਿਹੜਾ ਥੀਮ ਹੁੰਦਾ ਉਹਦੇ ਕਾਰਨ ਉਹ ਜ਼ਿਆਦਾ ਪੌਪੂਲਰ ਸੋ ਨੈਕਸਟ ਕੁਐਸਚਨ ਹੈ ਜੀ ਰਿਲੇਟਡ ਟੂ 올ਡ ਜਨਰੇਸ਼ਨ ਕਹਿੰਦੇ ਡਸ ਦਾ 올ਡਰ ਜਨਰੇਸ਼ਨ ਲਾਈਕ ਐਨੀਮੇਸ਼ਨ ਮੂਵੀਜ਼ ਸੋ ਜਿਹੜੀ 올ਡਰ ਜਨਰੇਸ਼ਨ ਹੈ ਕੀ ਕਹਿੰਦੇ ਉਹਨਾਂ ਨੂੰ ਐਨੀਮੇਸ਼ਨ ਮੂਵੀਜ਼ ਪਸੰਦ ਨੇ ਇਟ ਇਜ਼ ਯੂਸੂअली ਸੈਟ 댓 ਐਨੀਮੇਸ਼ਨ ਮੂਵੀਜ਼ ਆਰ ਓਨਲੀ ਫਾਰ ਚਿਲड्रन ਐਸ ਦੇ ਲਵ ਐਨੀਮੇਟਡ ਮੂਵੀਜ਼ ਹਾਊਏਵਰ ਆਈ ਕਨਸੀਡਰ ਏਜ ਡਸ ਨੋਟ ਮੈਟਰ ਪਰ ਫਿਰ ਵੀ ਕਹਿੰਦੇ ਮੈਂ ਇਹ ਵੀ ਕਨਸੀਡਰ ਕਰਦਾ ਵੀ ਏਜ ਮੈਟਰ ਨਹੀਂ ਕਰਦੀ ਬਿਕਾਜ਼ ਇਟ ਇਜ਼ ਟੋਟਲੀ ਡਿਪੈਂਡੈਂਟ ਔਨ ਇੰਟਰਸਟ ਇਫ ਆ 올ਡ ਪੀਪਲ ਹੈਵ ਇੰਟਰਸਟ ਇਨ ਐਨੀਮੇਸ਼ਨ and they will definitely watch it so je ohna da interest hunda oh dekhde ne for example char sahib jade animation is quite famous among every age group so je dekhe jaave ta kende jehdi char sahib jade movie si oh har ek age group nu pasand aayi si next question hai fourth do famous actors have an impact on movies famous actors da kende ki aa bahut zyada impact hunda movies te yes definitely kyunki oh hi leading actor hunde ha theek hai ya aap pa kehnde main character ohna da hi hunda popular actor and actress how great influence on movies due to their fame and fan following many movies become blockbuster so ਉਹਨਾਂ ਦੇ ਨੇਮ ਤੇ ਫੇਮ ਕਰਕੇ ਜਾਂ ਫੈਨ ਫੋਲੋਇੰਗ ਕਰਕੇ ਕਹਿੰਦੇ ਬਹੁਤ ਸਾਰੇ ਜਿਹੜੀਆਂ movies ਨੇ ਉਹ ਸੁਪਰ ਡੂਪਰ ਹਿੱਟ ਜਾਂਦੀਆਂ ਨੇ so next question hai iste task 2 bhi ban sakta hai and hoga bhi already should ਫੇਮਸ ਐਕਟਰਸ ਵੀ ਗਿਵਨ ਐਕਸਟਰਾ ਮਨੀ ਕਿ ਉਹਨਾਂ ਨੂੰ ਐਕਸਟਰਾ ਪੈਸਾ ਦੇਣਾ ਚਾਹੀਦਾ ਹੈ ਯੈਸ ਆਫ ਕੋਰਸ ਫੇਮਸ ਐਕਟਰਸ ਆਰ ਟੂ ਬੀ ਗਿਵਨ ਐਕਸਟਰਾ ਮਨੀ ਬਿਕੋਜ਼ ਦਾ ਇੰਟਾਇਰ ਫਿਲਮ ਇਜ਼ ਬੇਸਡ ਔਨ ਦਾ ਰੋਲ ਆਫ ਮੇਨ ਐਕਟਰ ਸੋ ਡੈਫੀਨਿਟਲੀ ਦੇਣਾ ਚਾਹੀਦਾ ਸ਼ੁੱਡ ਨੂੰ ਆਪਾਂ ਰਿਪਲੇਸ ਕਰ ਦਿੱਤਾ ਆਟ ਟੂ ਦੇ ਨਾਲ ਠੀਕ ਹੈ ਸੋ ਇਹ ਗੱਲ ਤੁਹਾਨੂੰ ਵੀ ਪਤਾ ਹੋਣੀ ਚਾਹੀਦੀ ਹੈ ਹਰ ਇੱਕ ਸਟੂਡੈਂਟ ਨੂੰ ਜਦੋਂ ਆਪਾਂ ਸ਼ੁੱਡ ਲਗਾਉਂਦੇ ਹਾਂ ਤਾਂ ਵਰਬ ਦੀ ਫਰਸਟ ਫਾਰਮ ਦਾ ਯੂਜ਼ ਹੁੰਦਾ ਜਦੋਂ ਸ਼ੁੱਡ ਬੀ ਲੱਗ ਜਾਂਦਾ ਹੈ ਤਾਂ ਵਰਬ ਦੀ ਥਰਡ ਫਾਰਮ ਲੱਗਦੀ ਹੈ ਸੇਮ ਆਪਾਂ ਸ਼ੁੱਡ ਨੂੰ ਰਿਪਲੇਸ ਕੀਤਾ ਆਟ ਟੂ ਦੇ ਨਾਲ ਐਂਡ ਆਟ ਟੂ ਬੀ ਲਗਾਇਆ ਤਾਂ ਗਿਵ ਬਣ ਗਿਆ গিਵਨ ਥਰਡ ਫਾਰਮ ਆ। ਸੋ ਇਹ ਰਾਈਟਿੰਗ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦਾ ਟਾਸਕ 2 ਚ ਜਦੋਂ ਤੁਸੀਂ ਸੁਜੈਸ਼ਨ ਦੇਣੇ ਆ। ਮੋਰਓਵਰ ਫੇਮਸ ਐਕਟਰ ਇਨਕਰੀਜ਼ ਦਾ ਵਿਊਅਰਸ਼ਿਪ ਐਂਡ ਜਨਰੇਟ ਰੈਵਨਿਊ ਫਾਰ ਦਾ ਹੋਲ ਟੀਮ ਤੇ ਜਿਹੜੇ ਮੇਨ ਐਕਟਰ ਹੁੰਦੇ ਆ ਕਹਿੰਦੇ ਉਹਨਾਂ ਦੇ ਕਾਰਨ ਹੀ ਕੀ ਆ ਵਿਊਅਰਸ਼ਿਪ ਵਾਧੀ ਆ ਤੇ ਜਿਹੜੀ ਇਨਕਮ ਹੈ ਜਨਰੇਟ ਹੁੰਦੀ ਆ ਸਾਰੀ ਹੀ ਟੀਮ ਨੂੰ। ਓਕੇ ਫਰੈਂਡਸ ਏਸੀ ਅੱਜ ਦਾ ਕਿਊਕਾ ਟਾਪਿਕ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਜੀ ਨਵੇਂ ਟਾਪਿਕ ਦੇ ਨਾਲ ਬਾ ਬਾਏ ਟੇਕ ਕੇਅਰ